ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਸਾਡੇ ਸਾਡੇ ਜਿਹੜੇ ਕਾਉਂਸਲਰਸ ਨੇ ਇਹ ਸਿਰਫ ਡਿਵੈਲਪਮੈਂਟ ਦੇ ਕੰਮਾਂ 'ਚ ਹੀ ਨਹੀਂ ਸੁਸਾਇਟੀ ਦੀ ਹੋਰ ਜਿੱਥੇ ਜਿੱਥੇ ਸੁਸਾਇਟੀ ਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ ਉਹਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਨੀਆਂ ਹੈ ਉਹਦੇ ਵਾਸਤੇ ਵੀ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਔਰ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕਰਨਾ ਅੱਜ ਜ਼ਰੂਰਤ ਰਹਿੰਦੀ ਹੈ ਜ਼ਰੂਰਤਮੰਦਾਂ ਨੂੰ ਖੂਨ ਦੀ ਜਿਵੇਂ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਅਤੇ ਉਹ ਇਹੋ ਜਿਹੇ ਜਦੋਂ ਸਿਚੁਏਸ਼ਨ ਆ ਜਾਏ ਅਤੇ ਕਿਤੇ ਕੋਈ ਕਮੀ ਨਾ ਪੈ ਜਾਏ ਕਿਸੇ ਵੀ ਪੇਸ਼ੈਂਟ ਨੂੰ ਉਹਦੇ ਵਾਸਤੇ ਇੱਕ ਉਪਰਾਲਾ ਆ ਬਹੁਤ ਵੱਡੇ ਲੈਵਲ 'ਤੇ ਬਲੱਡ ਡੋਨੇਸ਼ਨ ਕੈਂਪ ਔਰਗਨਾਈਜ਼ ਕੀਤਾ ਜਾ ਰਿਹਾ ਉੱਥੇ ਵੀ ਭੇਜਿਆ ਜਾਵੇ ਉੱਥੇ ਜੇ ਕੋਈ ਪੇਸ਼ੈਂਟ ਹੈਗਾ ਉਹਨਾਂ ਨੂੰ ਹੁਣ ਮੇਰਾ ਖਿਆਲ ਤਾਂ ਉਹ ਸਾਰੇ ਪੇਸ਼ੈਂਟਸ ਨੂੰ ਛੁੱਟੀ ਹੋ ਚੁੱਕੀ ਹੈ ਜਿਹੜੇ ਉੱਥੇ ਇੰਜਰਡ ਸੀਗੇ ਪਰ ਉਹੋ ਜਿਹੇ ਹਾਦਸਾ ਜੇ ਕੁਦਰਤੀ ਤੌਰ 'ਤੇ ਕਿਤੇ ਵਾਪਰਦਾ ਹੈ ਅਤੇ ਉਹਦੇ ਵਾਸਤੇ ਔਰ ਉਸ ਤੋਂ ਇਲਾਵਾ ਵੀ ਕਿਤੇ ਕਿਸੇ ਜ਼ਰੂਰਤਮੰਦ ਨੂੰ ਜ਼ਰੂਰਤ ਰਹੇਗੀ ਤਾਂ ਸਾਡੀ ਟੀਮ ਹਮੇਸ਼ਾ ਹਾਜ਼ਰ ਰਹੇਗੀ ਇਹਦੇ ਵਿੱਚੋਂ ਕਾਫੀ ਸਾਰਾ ਬਲੱਡ ਜਿਹੜਾ ਹੈ ਜਿਹੜਾ ਅੰਮ੍ਰਿਤਸਰ ਦੇ ਪੀੜਤ ਨੇ ਰੇਲ ਹਾਦਸੇ ਦੇ ਉਹਨਾਂ ਨੂੰ ਵੀ ਪਿੱਛੋਂ ਭੇਜਿਆ ਜਾਏਗਾ ਅਤੇ ਬਾਕੀ ਇੱਥੇ ਜਿਹੜੇ ਲੋੜਵੰਦ ਜਿਹੜੇ ਹੋਸਪਿਟਲਾਂ ਦੇ ਵਿੱਚ ਨੇ ਉਹਨਾਂ ਨੂੰ ਦਿੱਤਾ ਜਾਏਗਾ।